ਸਰ ਮੈਂ ਇਸ ਲਈ ਆਇਆ ਕਿਉਂਕਿ ਮੈਂ ਮਜਬੂਰ ਹੋ ਚੁੱਕਿਆ, 6 ਤਰੀਕ ਦੇ ਮੈਨੂੰ ਥ੍ਰੈਟ ਆ ਰਹੇ ਨੇ। ਜਿਹੜਾ ਆਪਣੇ ਫਿਰੋਜ਼ਪੁਰ ਟ੍ਰਿਪਲ ਕਤਲ ਹੋਇਆ ਆ, 5 ਜਣਿਆਂ ਨੂੰ ਗੋਲੀਆਂ ਵੱਜੀਆਂ ਸੀਗੀਆਂ, 3 ਜਣੇ ਵਿੱਚ ਮਾਰੇ ਗਏ ਸੀ। ਇੱਕ ਲੜਕੀ ਆ ਜਸਪ੍ਰੀਤ, ਜਿਸ ਦੀ ਮੈਰਿਜ ਸੀਗੀ 3 ਤਰੀਕ ਨੂੰ। ਇਨਸਾਨੀਅਤ ਦੇ ਨਾਤੇ ਸਾਡੀ ਇੱਕ ਸੰਸਥਾ ਬਣੀ ਹੋਈ ਹੈ, ਕਿਸਾਨ ਯੂਨੀਅਨ ਵੀ ਹੈ, ਅਤੇ ਅਸੀਂ ਸੰਸਥਾ ਦੇ ਰੂਪ 'ਚ ਵੀ ਚਲਾ ਰਹੇ ਹਾਂ, ਵਾਰਸ ਬਾਬਾ ਬੰਦਾ ਸਿੰਘ ਬਹਾਦਰ ਜੀ। ਇੱਕ ਲੜਕੀ ਦੀ ਡੈਥ ਹੋਣ ਕਰਕੇ ਅਸੀਂ ਉਹਨਾਂ ਦੇ ਘਰੇ ਗਏ ਸੀਗੇ। ਇੱਕ ਇਨਸਾਨੀਅਤ ਦੇ ਨਾਤੇ ਜਦੋਂ ਅਸੀਂ ਘਰੇ ਜਾਂਦੇ ਹਾਂ ਤਾਂ ਮੈਂ ਦੇਖਦਾ ਕੀ ਹੈਗੇ, 2 ਕਮਰੇ ਆ, ਸਿਰਫ 2 2 ਪਰਿਵਾਰ ਉਸ ਇੱਕ ਇੱਕ ਕਮਰੇ 'ਚ ਰਹਿ ਰਹੇ ਆ, ਬਹੁਤ ਗਰੀਬ ਪਰਿਵਾਰ ਹੈ। ਚਲੋ ਉਹਨਾਂ ਦਾ ਆਪ 'ਚ ਡਿਸਪਿਊਟ ਹੋਣਾ, ਪਰ ਮੈਂ ਲੜਕੀ ਬਾਰੇ ਪੁੱਛਣ ਗਿਆ ਸੀ ਕਿ ਲੜਕੀ ਦਾ ਕੀ ਗੁਨਾਹ ਸੀ, ਲੜਕੀ ਨੂੰ ਕਿਉਂ ਮਾਰਿਆ ਗਿਆ। ਜਦੋਂ ਅਸੀਂ ਬੁਲਾ ਕੇ ਉੱਠਣ ਲੱਗੇ, ਲੜਕੀ ਦੀ ਮਦਰ ਆ ਜਿਹੜੀ ਸਾਡੀ ਭੈਣ ਨਿਰਮਲ ਕੌਰ ਜੀ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਈ ਜੀ ਵੀਰ ਜੀ ਸਾਡੀ ਮਦਰ ਕਰੋ। ਮੈਂ ਕਿਹਾ ਭੈਣ ਕਿਸ ਚੀਜ਼ ਦੀ? ਉਹ ਕਹਿੰਦੇ ਅਸੀਂ ਬੇਟੀ ਦੇ ਵਿਆਹ ਦੇ ਪੈਸੇ ਜੋੜੇ ਸੀ ਜਿਹੜੇ, ਉਹ ਤਾਂ ਸਾਡੇ ਮੇਰੇ ਬੇਟੇ ਨੂੰ 13 ਗੋਲੀਆਂ ਲੱਗੀਆਂ, ਮੇਰੇ ਜੇਠ ਦਾ ਪੁੱਤਰ ਜਸਦੀਪ ਹੁਰਲਾਲੀ ਮਾਰ ਚੁੱਕਿਆ, ਇੱਕ ਮੁੰਡਾ ਆਕਾਸ਼ਦੀਪ ਉਹਦਾ ਦੋਸਤ ਮਾਰ ਚੁੱਕਿਆ, 2 ਬੱਚੇ ਦਾਖਲ ਨੇ, ਕਿ ਸਾਡੀ ਕੋਈ ਹੈਲਪ ਕਰੋ ਜਾਂ ਸਰਕਾਰ ਤੋਂ ਕਰਾ ਦਿਓ ਕਿ ਬੱਚਿਆਂ ਦਾ ਜਿਹੜਾ ਇਲਾਜ ਬਿਲਕੁਲ ਫ੍ਰੀ ਹੋਣਾ ਚਾਹੀਦਾ। ਮੇਰੀ ਬੇਟੀ ਦਾ ਕੀ ਗੁਨਾਹ ਸੀ? ਮੇਰੀ ਬੇਟੀ ਦੇ ਸਿਰ 'ਤੇ 11 ਗੋਲੀਆਂ ਮਾਰੀਆਂ ਗਈਆਂ, ਸਰਕਾਰ ਕਹਿੰਦੀ ਹੈ ਬੇਟੀ ਪੜ੍ਹਾਓ ਬੇਟੀ ਬਚਾਓ। ਭਗਵੰਤ ਮਾਨ ਜੀ ਕਿੰਨੇ ਵਾਅਦੇ ਦੱਸਦੇ ਆ ਸੋਸ਼ਲ ਮੀਡੀਆ 'ਤੇ, ਅਸੀਂ ਬੱਚਿਆਂ ਲਈ ਪੜ੍ਹਾਈ ਫ੍ਰੀ ਕਰਦੇ ਹਾਂ, ਇਲਾਜ ਫ੍ਰੀ ਕਰਦੇ ਹਾਂ, ਬਹੁਤ ਕਰਦੇ ਆ, ਪਰ ਸਾਡੇ ਨਾਲ ਬਹੁਤ ਧੱਕਾ ਆ, ਸਾਡੀ ਮਦਦ ਕੀਤੀ ਜਾਵੇ। ਮੈਂ ਕਿਹਾ ਭੈਣ ਜੀ ਮਦਦ ਕੀ? ਉਹਨਾਂ ਇਹ ਬੋਲਿਆ ਕਿ ਮੇਰੇ ਬੇਟੇ ਦਾ ਇਲਾਜ ਫ੍ਰੀ ਕਰਾਇਆ ਜਾਵੇ, ਦੂਸਰੇ ਬੇਟੇ ਦਾ ਵੀ, ਪਲੱਸ ਸਾਡੀ ਕੋਈ ਸਹੂਲਤ ਫਾਈਨੈਂਸ਼ਲੀ ਪੈਸੇ ਵੱਲੋਂ ਹੋ ਜੇ ਜਾਂ ਕੋਈ ਨੌਕਰੀ ਹੋ ਜੇ। ਇਹੀ ਗੱਲਾਂ ਮੈਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈਆਂ ਸੀ, ਪਾਉਂਦਾ ਹੀ ਗਿਆ ਕਿ ਇੱਕ ਨਿੱਜੀ ਚੈਨਲ ਨੇ ਉਹ ਵੀਡੀਓ ਚੱਕ ਲਈ। ਉਸ ਤੋਂ ਬਾਅਦ ਮੈਨੂੰ ਇੱਕ ਕਾਲ ਆਉਂਦੀ ਹੈ ਅਨਨੋਨ ਨੰਬਰ ਤੋਂ ਕਿ ਤੂੰ ਉਸ ਵੀਡੀਓ ਨੂੰ ਡਿਲੀਟ ਕਰ। ਗਾਲੀ ਗਲੋਚ ਇੱਦਾਂ ਦਾ ਕੀਤਾ, ਮੈਂ ਵੀਡੀਓ 'ਚ ਬੋਲ ਨਹੀਂ ਸਕਦਾ, ਪਰ ਮੈਂ ਪ੍ਰੈਸ ਕਲੱਬ ਦੇ ਜੋ ਪੱਤਰਕਾਰ ਵੀਰ, ਇਹਨਾਂ ਨੂੰ ਆਫ ਕੈਮਰਾ ਸੁਣਾਈ ਸੀਗੀ, ਸਾਰੇ ਅਫਸਰਾਂ ਨੂੰ ਸੁਣਾ ਚੁੱਕਿਆ, ਨਰਿੰਦਰ ਕੁਮਾਰ, ਨਰਿੰਦਰ ਸਿੰਘ ਸਪੈਸ਼ਲ ਬ੍ਰਾਂਚ ਦੀ SP ਹਰਦੀਪ ਸਰ, DSP ਸਰ, SHO ਸਾਹਿਬ, ਸਾਰਿਆਂ ਨੂੰ ਸੁਣਾ, ਜਿਹੜੇ ਮੇਨ ਅਹੁਦੇਦਾਰੇ ਉਹਨਾਂ ਨੂੰ ਸੁਣਾ ਚੁੱਕਿਆ ਕਿ ਮੈਨੂੰ ਥ੍ਰੈਟ ਆਉਂਦੇ 6 ਤਰੀਕ ਤੋਂ। ਮੇਰੇ ਦੋਸਤ ਹੈ ਇੱਥੇ ਬੈਠੇ ਆ, ਮੈਂ ਤੁਹਾਡੀ ਉਹਨਾਂ ਨੇ ਵੀ ਗੱਲ ਕਰਾਵਾਂਗਾ ਕਿ ਉਹਨਾਂ ਨੇ ਇਹ ਗੱਲ ਕਹੀ, ਬ੍ਰਦਰ ਆਪਣੇ ਮਗਰ ਹਰਿਆਣਾ ਨੰਬਰ 4 ਗੱਡੀ ਆ, 3 ਦਿਨ ਹੋ ਗਿਆ, 3 ਗੇੜੇ ਲਾ ਗਈ ਆ, ਬਾਰੇ ਕੀ ਚੌਂਕ 'ਚ ਅਸੀਂ ਖੜ੍ਹੇ ਸੀ, ਮੇਰੇ ਦੋਸਤ ਆਏ ਸੀ ਲੁਧਿਆਣੇ ਤੋਂ, ਉਹਨਾਂ ਨੂੰ ਖਾ ਪਿਆ ਰਹੇ ਸੀਗੇ, ਅਤੇ ਉਹਨਾਂ ਕਿਹਾ ਯਾਰ, ਮੈਂ ਕਿਹਾ ਯਾਰ ਕੁਛ ਨਹੀਂ ਹੁੰਦਾ, ਹੁਣ ਕੋਈ ਹੋਣਾ ਥਰਡ ਪਰਸਨ ਹੋਣਾ, ਕਹਿੰਦੇ ਨਹੀਂ, ਇੱਕ ਮੇਰਾ ਭਤੀਜਾ, ਕਹਿੰਦੇ ਚਾਚਾ ਜੀ ਨਹੀਂ, ਬਹੁਤ ਦੇਖਦੇ ਆ, ਗੱਡੀ ਰੋਕ ਕੇ ਵੀ ਉਹਨਾਂ ਦੇਖਿਆ, ਫਿਰ ਅਸੀਂ ਜਲਦੀ ਜਲਦੀ ਘਰਾਂ ਨੂੰ ਗਏ, 5 ਦਿਨ ਮੈਂ ਘਰੋਂ ਨਹੀਂ ਨਿਕਲਿਆ। ਇਸ ਟਾਈਮ ਮੈਂ ਡਿਪਰੈਸ਼ਨ 'ਚ ਹਾਂ, 16ਵਾਂ ਦਿਨ ਆ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਸਾਰੇ ਮੇਨ SSP ਸਾਹਿਬ, DSP ਸਾਹਿਬ, SP ਸਾਹਿਬ, ਨਰਿੰਦਰ ਕੁਮਾਰ, SHO ਸਾਹਿਬ, DC ਸਾਹਿਬ, ਸਾਰਿਆਂ ਨੂੰ ਮੈਂ ਆਹ ਦੇਖੋ, ਤੁਹਾਨੂੰ ਮੈਂ ਦਿਖਾ ਸਕਦਾ ਕਿ ਮਾਣਯੋਗ SSP ਸਾਹਿਬ, ਮੈਂ ਲਿਖ ਕੇ ਦਿੱਤਾ ਸੀ ਕਿ ਮੇਰੇ ਅਸਲੇ ਦੀ ਪਰਮਿਸ਼ਨ ਦਿੱਤੀ ਜਾਵੇ ਕਿ ਮੈਨੂੰ ਅਸਲਾ ਜ਼ਰੂਰੀ ਹੈ, ਕਿਉਂਕਿ ਅਸਲਾ ਲਾਇਸੈਂਸ ਮੇਰੇ ਫਾਦਰ ਸਾਹਿਬ ਦਾ ਹੈਗਾ ਆ, ਮੈਂ ਉਹ ਕੈਰੀ ਨਹੀਂ ਕਰ ਸਕਦਾ ਕਾਨੂੰਨ ਮੁਤਾਬਕ। ਉਸ ਤੋਂ ਬਾਅਦ ਤੁਸੀਂ ਆਹ ਦੇਖ ਸਕਦੇ ਹੋ, SP ਸਾਹਿਬ ਨੂੰ ਲਿਖ ਕੇ ਦਿੱਤਾ ਸੀਗਾ, 18 ਤਰੀਕ ਦੀ ਗੱਲ ਹੈ, ਅਤੇ SP ਸਾਹਿਬ ਨੇ ਮਾਰਕ ਕਰ ਦਿੱਤੀ ਹੈ DSP ਸਾਹਿਬ ਨੂੰ, DSP ਸਾਹਿਬ ਤੋਂ ਬਾਅਦ ਆ ਦੇਖੋ DC ਸਾਹਿਬ ਨੂੰ, ਡਿਪਟੀ ਕਮਿਸ਼ਨਰ। ਕੱਲ੍ਹ ਦੀ ਗੱਲ ਹੈ, ਮੈਂ 1.5 ਘੰਟਾ ਬੈਠਾ ਰਿਹਾ, MLA ਸਾਹਿਬ, ਪੁੱਲਰ ਸਾਹਿਬ ਦੇ ਬ੍ਰਦਰ ਆਏ, ਆਣ ਕੇ ਅੰਦਰ ਵੜ ਗਏ, 1.5 ਘੰਟਾ ਬੈਠੇ ਰਹੇ, ਹੋਰ ਕਈ ਥਰਡ ਪਰਸਨ ਆਏ, ਆਣ ਕੇ ਮੁਲਾਕਾਤਾਂ ਕਰਦੇ ਰਹੇ। ਜਦੋਂ ਮੈਂ
ਸੈਕਟਰੀ ਸਾਹਿਬ ਨੂੰ ਕਿਹਾ, ਡੀ ਸੀ ਸਾਹਿਬ ਦੇ ਨੂੰ। ਉਹ ਅੱਗੋਂ ਇਹ ਕਹਿੰਦੇ ਆ, ਮੈਡਮ ਜੀ ਉਹਨਾਂ ਨੇ ਅਜੇ ਅਹੁਦਾ ਨਹੀਂ ਸੰਭਾਲਿਆ, ਚਾਰਜ ਨਹੀਂ ਸੰਭਾਲਿਆ, ਅਸੀਂ ਤੁਹਾਨੂੰ ਨਹੀਂ ਮਿਲਾ ਸਕਦੇ, ਅਸਲੇ ਦੀ ਲਾਇਸੈਂਸ ਬਿਲਕੁਲ ਬੰਦ ਨੇ, ਤੁਹਾਨੂੰ ਨਹੀਂ ਮਿਲ ਸਕਦਾ। ਇਹ ਤੁਸੀਂ ਦੱਸੋ ਕਿੱਧਰ ਦੀ ਇਨਸਾਨੀਅਤ ਹੈ, ਕਿੱਧਰ ਦਾ ਨਿਆਂ? ਜੇ ਅਸੀਂ ਪ੍ਰਸ਼ਾਸਨ ਕੋਲ ਨਹੀਂ ਜਾਣਾ ਤਾਂ ਅਸੀਂ ਫਿਰ, ਮੈਂ ਇਹੀ ਗੱਲ ਕਹੀ ਹੈ ਗੁੱਸੇ 'ਚ ਆ ਕੇ, ਕਿਉਂਕਿ ਜਦੋਂ ਬੱਚਿਆਂ ਤੱਕ ਗੱਲ ਪਹੁੰਚੇ, ਮੇਰੇ ਉਹ ਬੰਦੇ 19 ਤਰੀਕ ਨੂੰ ਇੱਕ ਸਪਲੈਂਡਰ ਮੋਟਰਸਾਈਕਲ ਮੂੰਹ ਬੰਨ੍ਹੀ ਹੋਈ ਸੀ, ਮੇਰੇ ਘਰ ਤੱਕ ਪਹੁੰਚ ਕੀਤੀ ਕਿ ਤੂੰ ਸਾਡੀ ਰਿਕਾਰਡਿੰਗ ਸੁਣਾਉਣਾ, ਤੈਨੂੰ ਅਸੀਂ ਦੇਖ ਲਾਂਗੇ, ਬੰਦਾ ਬਣ ਜਾ। ਉਸ ਤੋਂ ਬਾਅਦ ਸਰ 15 ਤਰੀਕ ਦੀ ਗੱਲ ਹੈ, 112 ਨੰਬਰ 'ਤੇ ਮੈਂ ਕਾਲ ਕੀਤੀ ਚੰਡੀਗੜ੍ਹ, ਮੇਰੇ ਪਿੰਡ 15 ਤਰੀਕ ਰਾਤ ਜਦੋਂ ਮੈਂ ਲਿਖ ਕੇ ਦਿੱਤਾ ਹੈ ਡੀ ਸੀ ਚੰਦਰ ਗਏ ਸੀਗੇ SSP ਗੋਇਲ ਸਾਹਿਬ ਕਿ ਥਰਡ ਪਰਸਨ ਮੈਂ ਉਹਦੀ ਜ਼ਮੀਨ 'ਚ ਬੈਠਾ ਨਹੀਂ ਵੜਨਾ ਚਾਹੀਦਾ, ਮੇਰੇ ਗੁਰਦੁਆਰਾ ਸਾਹਿਬ 3 ਵਾਰੀ ਚੋਰੀ ਹੋ ਚੁੱਕੀ ਹੈ, ਰਾਤ 8 ਤੋਂ 8:30 ਦੇ ਵਿਚਕਾਰ ਆਪਸ 'ਚ ਲੜਾਈ ਝਗੜਾ ਹੋਇਆ, 15 ਤੋਂ 20 ਬੰਦੇ ਨਜਾਇਜ਼ ਅਸਲਾ ਲੈ ਕੇ ਇੱਕ ਬੁਲਟ ਮੋਟਰਸਾਈਕਲ ਮੇਰੇ ਘਰ ਅਜੇ ਖੜ੍ਹਾ, ਮੇਰੀ ਕੋਈ ਸੁਣਵਾਈ ਨਹੀਂ। 4 ਵਾਰ ਮੈਂ ਥਾਣੇ ਤੋਂ ਹੋ ਚੁੱਕਿਆ, SHO ਸਾਹਿਬ ਕੋਲੋਂ, ਉਹਨਾਂ ਡਿਊਟੀ ਪਹਿਲੋਂ ਮੈਡਮ ਜੀ ਦੀ ਲਾਈ, ਮੈਡਮ ਜੀ ਤੋਂ ਬਾਅਦ ਜਸਪਾਲ ਸਿੰਘ ਦੀ ਲਾਈ ਹੈ, ਕੋਈ ਨਹੀਂ ਮੇਰੀ ਸੁਣਵਾਈ ਹੋ ਰਹੀ। ਮੇਰੇ ਬੱਚਿਆਂ ਤੱਕ ਥਰੈਟ ਆਏ ਆ, ਮੈਨੂੰ ਇਹ ਗੱਲ ਕਹਿਤੀ ਤੇਰੇ ਬੱਚੇ ਕਿੱਥੇ ਕਿੱਥੇ ਪੜ੍ਹਦੇ ਆ, ਸਾਰਾ ਕੁਛ। ਮੈਂ ਬੇਨਤੀ ਕਰਨੀ ਚਾਹੁੰਦਾ, ਹਾਲੇ ਵੀ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਮੇਰੀ ਸੁਣਵਾਈ ਕੀਤੀ ਜਾਵੇ, ਮੇਰੇ ਅਸਲੇ ਦਾ ਲਾਇਸੈਂਸ ਬਣਵਾਇਆ ਜਾਵੇ, ਜੇਕਰ ਨਹੀਂ ਬਣਦਾ ਤਾਂ ਮੈਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇ, ਜੇਕਰ ਮੇਰੇ ਪਰਿਵਾਰ ਦਾ ਕੋਈ ਜਾਲੀ ਮਨੀ ਨੁਕਸਾਨ ਹੁੰਦਾ ਤਾਂ ਮੈਂ ਮਜਬੂਰ ਹੋ ਕੇ ਫਿਰ ਮੈਨੂੰ ਵੀ ਹਥਿਆਰ ਚੱਕਣਾ ਪਏਗਾ। ਮੈਂ ਵੀਡੀਓ 'ਚ ਡਿਪਰੈਸ਼ਨ 'ਚ ਹੋ ਕੇ ਮਜਬੂਰ ਹੋ ਕੇ ਕਹਿ ਰਿਹਾ। ਅੱਜ 6 ਤਰੀਕ ਦੀ ਗੱਲ ਹੈ, ਅੱਜ 16 ਤਰੀਕ ਹੋ ਗਈ, 10 ਦਿਨ ਹੋ ਗਿਆ ਮੈਂ ਡਿਪਰੈਸ਼ਨ 'ਚ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਜੇਕਰ ਮੈਂ ਆਪਣੇ ਬੱਚੇ ਮਰਵਾਉਣੇ ਆ ਸਮਾਜ ਸੇਵਾ ਦਾ ਕੰਮ ਕਰਕੇ ਤਾਂ ਫਿਰ ਮੈਨੂੰ ਫਾਇਦਾ ਕੀ ਹੈ? ਫਿਰ ਤਾਂ ਲੋਕ ਕਹਿੰਦੇ ਆ ਕਿ ਅਮਲੀ ਸ਼ਰਾਬੀ ਗੈਂਗਸਟਰ, ਮੈਂ ਕਹਿੰਦਾ ਮਾਂ ਦੇ ਪੇਟੋਂ ਪੈਦਾ ਨਹੀਂ ਹੁੰਦਾ। ਸਾਡਾ ਸਮਾਜ, ਸਾਡੀਆਂ ਸਰਕਾਰਾਂ ਦਾ ਗੰਦਾ ਸਿਸਟਮ ਅਤੇ ਸਾਡੇ ਜਿਹੜੇ ਕਰਪਟ ਅਫਸਰ ਬਣਾਉਂਦੇ ਆ, ਹੁਣ ਮੈਂ ਮਜਬੂਰ ਹੋ ਚੁੱਕਿਆ, ਜੇ ਮੇਰੇ ਬੱਚੇ ਨਾ ਰਹੇ ਤਾਂ ਫਿਰ ਮੈਂ ਮਜਬੂਰ ਹੋ ਕੇ ਕਾਨੂੰਨ ਨੂੰ ਹੱਥ 'ਚ ਲਵਾਂਗਾ।